ਮੈਮਰੀਸ ਰੀਫਰੈਸ਼ ਹੋ ਗਈਆਂ। ਇੱਕ ਇਹ ਚ ਗੇਮ ਹੁੰਦੀ ਸੀ ਕੀਬੋਰਡ ਨਾਲ। ਲੂਆ ਵੀ ਤਾਂ ਹਾਂ ਹਾਂ ਉਹ ਟੈਂਕੀ ਫੁੱਲ ਜੇ ਕੋਈ ਝੂੜ ਮਾਰ ਲੈਣੀ ਜੀ ਟੈਂਕੀ। ਆਹੋ ਉਹ ਕਹਿੰਦਾ ਕਿ ਜੰਗਾਲੀ ਦਾ ਕੀ ਹੁੰਦਾ? ਜੰਗਾਲੀ ਦਾ ਕੁਛ ਨਹੀਂ, ਅੰਦਰ ਜੰਗ ਲੱਗਾ ਹੁੰਦਾ। ਨਹੀਂ ਮਤਲਬ ਨੁਕਸਾਨ ਹੁੰਦਾ ਇਹਦਾ ਵੀ ਭਾਈ? ਉਹ ਵੀ ਨੁਕਸਾਨ ਹੁੰਦਾ ਯਾਰ, ਪਤਾ ਤੇਲ ਲੈ ਕੇ ਆਉਣਾ ਪੈਣਾ ਆਪਾਂ। ਖਾਲੀ ਹੈਗਾ 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 ਥੋੜਾ ਹੈਗਾ, ਚੱਲਣਾ ਹੀ ਨਹੀਂ ਮੈਨੂੰ ਪਤਾ, ਚੱਲਣਾ ਨਹੀਂ ਲੈ ਕੇ ਆਉਣਾ ਪੈਣਾ। ਸੋ ਅੱਜ ਚੱਲਦੇ ਹਾਂ ਜੀ ਸਾਹਿਲ ਭਾਈ ਦਾ ਬੁਲਟ, ਇਹਨੂੰ ਰੀਸਟੋਰ ਕਰਾਉਣਾ ਵਾ। ਬੜੀ ਦੇਰ ਦਾ ਕਹਿ ਰਹੀ, ਮੈਂ ਤਾਂ ਕਿਹਾ ਸੀ ਚਲੋ ਉੱਧਰ ਨਹੀਂ ਚੱਲਦੇ ਹਾਂ, ਮਹੀਨਾ ਹੋ ਗਿਆ ਗੱਲ ਨੂੰ, ਅਤੇ ਮੈਂ ਵੀ ਸੋਚ ਰਿਹਾ ਸੀ ਬੁਲਟ ਲੈਣ ਦਾ ਕਿਉਂਕਿ ਯਾਰ ਕੇ ਟੀ ਐਮ 'ਤੇ ਚੱਲਦਾ ਨਹੀਂ ਆ। ਅਤੇ ਫਿਰ ਭਾਈ ਕਹਿੰਦੇ ਇਹਨੂੰ ਆਪਣੇ ਸਮਝ ਯਾਰ ਕੋਈ ਗੱਲ ਨਹੀਂ, ਫਿਰ ਮੈਂ ਕਿਹਾ ਚਲੋ ਫਿਰ ਲੈਣ ਦੇ। ਸਹੀ ਕਰਾ ਦੇ ਦੋ। ਇੱਕ ਹੋਰ ਗੱਲ ਆਹ ਦੇਖ ਕੇ ਕੁਛ ਯਾਦ ਆਇਆ, ਜਿਹੜੇ 90s ਦੇ ਕਿੱਡ ਆ ਉਹਨਾਂ ਨੂੰ ਤਾਂ ਪਤਾ ਲੱਗ ਹੀ ਗਿਆ ਹੋਊਗਾ, ਯਾਦਾਂ ਸਾਰੀਆਂ ਹੋ ਗਈਆਂ ਨਾ। ਕਮੈਂਟ ਕਰਕੇ ਦੱਸੋ ਕਿਹੜੀ ਕਿਹੜੀ ਗੇਮ ਖੇਡੀ। ਮੈਂ ਤਾਂ ਯਾਰ ਇੱਕ ਮਾਰੀਓ ਖੇਡੀ ਆ ਬਈ। ਹੋਰ ਕਿਹੜੀ ਗੇਮ ਹੁੰਦੀ ਸੀ? ਮਾਰੀਓ ਕੌਂਟਰਾ, ਕਮੈਂਟ ਕਰਕੇ ਦੱਸਿਓ ਯਾਰ ਕਿਹੜੀ ਕਿਹੜੀ ਗੇਮ ਹੁੰਦੀ ਆ। ਦੇਖ ਇੱਦਾਂ ਆਹ ਸੀਡੀ ਦੇ ਵਿੱਚ ਕੈਸਟ ਹੁੰਦੀ ਸੀ, ਇਹਦੇ ਉੱਤੇ ਲਿਖਿਆ ਜ਼ਰੂਰ ਹੁੰਦਾ ਸੀ 99,999 ਗੇਮਾਂ ਵਿੱਚ ਹੁੰਦੀਆਂ ਹੋਣਗੀਆਂ, ਹੁੰਦੀਆਂ 5-6 ਹੀ। ਯਾਦਾਂ ਤਾਜ਼ੀਆਂ ਹੋ ਗਈਆਂ ਯਾਰ। ਇੱਕ ਤਾਂ ਪਿਸਤੌਲ ਹੁੰਦੀ ਸੀ ਜਿਹਦੇ ਵਿੱਚ ਆਪਾਂ ਡੱਕ ਮਾਰੀ ਦੀਆਂ ਸੀ। ਆਹੋ ਹੁਣ ਤਾਂ ਪਲੇ ਸਟੇਸ਼ਨ, ਐਕਸਬੋਕਸ, ਪਰ ਆਹ ਟਾਈਮ ਵੀ ਬਹੁਤ ਵਧੀਆ ਸੀ ਯਾਰ। ਮੈਂ ਤਾਂ ਸਾਹਿਲ ਭਾਈ ਵੱਲ ਆਇਆ ਸੀ ਗੱਲਾਂ ਬਾਤਾਂ ਕਰਨ ਵਾਸਤੇ, ਸਾਹਿਲ ਭਾਈ ਨੇ ਕੰਮ ਲਾਤਾ, ਹੁਣ ਧੁੱਫੇ ਘੁੰਮਾਉਣਗੇ ਅਤੇ ਆਪਾਂ ਜਾਵਾਂਗੇ ਬੁਲਟ 'ਤੇ ਹੀ। ਗੱਡੀ ਆਪਾਂ ਉੱਥੇ ਪਾਰਕ ਕਰਨਾ ਗੋਲਡਨ ਗੇਟ ਲਾਗੇ, ਅਤੇ ਅੱਜ ਜਿਹੜੀ ਉਹ ਯੈਲੋ ਬੱਸ ਆ ਟਰਾਈ ਕਰਾਂਗੇ, ਹੋਰ 'ਚ ਸਫ਼ਰ ਕਰਾਂਗੇ ਕਿਉਂਕਿ ਕਦੀ ਬੈਠੇ ਨਹੀਂ ਆ। ਪੈਟਰੋਲ ਕੌਣ? ਹਾਂਜੀ ਪੈਟਰੋਲ ਨਹੀਂ ਤਾਂ ਨਿੰਬੂ ਨਾਂਬੂ ਵੀ ਮਿਲ ਜਾਂਦਾ ਸੀ ਨਾ। ਦੇਖ ਰਹੇ ਹੋ, ਦੇਖ ਰਹੇ ਹੋ ਪੈਸੇ ਕਿੰਨੇ ਬਚਾਉਂਦੇ ਜੇ ਭਾਈ ਤੁਸੀਂ ਵੇਖ ਲਓ। ਕੰਜੂਸ ਇਹ ਗੱਲ ਵੀ ਸਹੀ ਆ, ਜਦੋਂ ਬੁਲਟ ਆਪਾਂ ਲਾ ਹੀ ਹੋਣਾ ਵਾ ਕਿਉਂਕਿ ਇੱਕ ਮਹੀਨਾ ਲੱਗ ਜਾਣਾ ਬੁਲਟ ਨੂੰ ਸਹੀ ਹੁੰਦੇ ਆ। ਸਭ ਤੋਂ ਕੀਮਤੀ ਚੀਜ਼ ਹੈ ਇਸ ਟਾਈਮ ਤੇ ਗੱਡੀ ਵਾਲਾਂਗੇ, ਬਾਕੀ ਪੈਟਰੋਲ ਹੀ ਆਪਣੀ ਕੋਈ ਗੱਲ। ਹਾਂ ਭਾਜੀ ਇਹ ਫੈਸਲਾ ਤੁਹਾਡਾ ਬਹੁਤ ਵਧੀਆ ਯਾਰ, ਹਾਂ ਬਾਕੀ ਗੱਡੀ 'ਚ ਪਾ ਲਾਂਗੇ ਯਾਰ। ਬੈਟਰੀ ਬਿਨਾਂ ਤਾਂ ਚੱਲੂ ਨਹੀਂ ਹੋਣਾ। ਨਵੀਂ ਨਵੀਂ ਪਾਈ ਸੀ ਮੈਂ। ਬੱਬੂ ਮਾਨ ਜੀ ਨੇ ਗੱਲ ਸਹੀ ਕਹੀ ਹੈ ਭਾਜੀ ਕਿ ਜਦੋਂ ਬੁਲਟ ਦੀ ਲੋਡ ਹੋਵੇ ਨਾ ਉਦੋਂ ਬੁਲਟ ਸਟਾਰਟ ਨਹੀਂ ਹੁੰਦਾ। ਸਟਰਗਲ ਦੇਖ ਰਹੀ ਹੋ। ਅਤੇ ਹੁਣ ਬੁਲਟ ਦੀ ਬੈਟਰੀ ਆਪਾਂ ਚਾਰਜ ਕਰਨ ਵਾਸਤੇ ਦਿੱਤੀ ਆ, ਅਤੇ ਸਾਹਿਲ ਭਾਈ ਨੂੰ ਇੱਧਰ ਟਾਹਲੀ ਵਾਲੇ ਬਾਜ਼ਾਰ ਥੋੜ੍ਹਾ ਕੰਮ ਆ ਅਤੇ ਉੱਧਰ ਆਏ ਹਾਂ। ਧੁੱਪੇ ਘੁੰਮਾਈ ਜਾਓ ਤੁਸੀਂ ਹੈ ਅੱਗੇ ਯਾਰ, ਮੈਕਲੋ ਜਾ ਕੇ ਇੰਨੀ ਕੁ ਜ਼ਿਆਦਾ ਟੈਨਿੰਗ ਹੋ ਗਈ ਨਾ। ਦੇਖਿਓ ਤੁਸੀਂ ਘੁੰਮਣਾ ਹੁੰਦਾ ਪੱਕਾ, ਪਲਾਸਟਿਕ ਲਵਾ ਛੱਡੋ ਮੂੰਹ ਜਿਹੜਾ ਕੰਮ ਸੀ ਉਹ ਤਾਂ ਹੋ ਗਿਆ ਵਾ। ਇੱਧਰ ਬਾਜ਼ਾਰ 'ਚ ਘੁੰਮਣ ਦਾ ਯਾਰ ਮਜ਼ਾ ਬੜਾ ਰਿਹਾ, ਠੰਡਾ ਠੰਡਾ ਜਿਹਾ ਅੰਦਰ ਹੈ ਨਾ, ਵਧੀਆ ਜੀ। ਅਤੇ ਹੁਣ ਚੱਲੇ ਆਪਾਂ ਜਲ ਜੀਰਾ ਪੀਣ ਵਾਸਤੇ, ਇੱਥੋਂ ਬੜਾ ਫੇਮਸ ਜਲ ਜੀਰਾ ਮਿਲਦਾ। ਇਹ ਮਾਰਕੀਟ 'ਚ ਵੀ ਕਾਫੀ ਇਹੋ ਜਿਹੀ ਦੁਕਾਨਾਂ ਨੇ ਫੇਮਸ ਫੇਮਸ, ਜਿੱਥੋਂ ਖਾਣ ਪੀਣ ਦਾ ਬੜਾ ਵਧੀਆ ਸਮਾਨ ਮਿਲਦਾ ਵਾ। ਉਹ ਤਾਂ ਚਲੋ ਖਾਣ ਪੀਣ 'ਤੇ ਹਾਲੇ ਆਪਾਂ ਉਹ ਇੱਕ ਦਿਨ ਰੱਖਿਆ ਹੋਇਆ ਸੰਡੇ ਹੈਗਾ ਨਹੀਂ, ਜਲ ਜੀਰੇ ਚੱਕਰ 'ਚ ਅੱਗੇ ਕੀ ਘੁੰਮਾਈ ਜਾਓ। ਹੁਣ ਜਲ ਜੀਰਾ ਤਾਂ ਸਾਨੂੰ ਮਿਲਿਆ ਨਹੀਂ ਅਨਫੋਰਚੁਨੇਟਲੀ, ਪਰ ਹੁਣ ਆਪਾਂ ਪਿਆਸ ਤਾਂ ਲੱਗੀ ਆ, ਅਤੇ ਹੁਣ ਫਿਰ ਕੀ ਪੀਵਾਂਗੇ? ਆਪਣਾ ਲੈਮਨ, ਆਪਣਾ ਲੈਮਨ ਆ ਦੇਖ ਅੰਕਲ, ਦੋ ਲੈਮਨ ਬਣਾ ਦੇ। ਪਾਈਨਐਪਲ ਦਾ ਕੀ ਜੂਸ ਬਣਾਉਂਦੇ? ਪਰ ਮਿੱਠਾ ਹੋਣਾ ਹੈ ਨਾ, ਮਿੱਠਾ ਲੈਮਨ ਹੀ ਦੇ ਦੋ, ਬਲੈਕ ਸਾਲਟ। ਬਹੁਤ ਹੀ ਮਜ਼ੇਦਾਰ ਜਦੋਂ ਪਿਆਸ ਲੱਗੀ ਹੋਵੇ ਨਾ, ਗੈਸ ਪੂਰੀ ਕਿਆ ਜਲ ਜੀ ਰਹੀ ਅਤੇ ਪਿਆ ਲੈਮਨ ਦਿੱਤੀ। ਬੈਟਰੀ ਚਾਰਜ ਕਰਾ ਕੇ ਲੈ ਆਏ ਹਾਂ, ਪਰ ਪਤਾ ਨਹੀਂ ਦੇਖੋ ਚੱਲਦੀ ਕਿ ਨਹੀਂ ਚੱਲਦੀ। ਵਧਾਈਆਂ ਚੱਲ ਗਈ, ਆਹ ਆਹ ਵਧੀਆ ਬੰਦ ਕਰਕੇ ਵੇਖਾਂ।
ਕਿ ਚੱਲ ਪਿਆ ਚੰਗਾ ਬੈਠੇ ਚੱਲੂਗਾ ਚੱਲੂਗਾ ਹਾਂ ਦੌੜੂਗਾ ਤੇ ਗੱਡੀ ਅਸੀਂ ਇੱਥੇ ਪਾਰਕ ਕਰ ਦਿੱਤੀ ਹੋਈ ਜੀ ਬੁਲਟ ਜਾ ਕੇ ਸ਼ੋਪ ਤੇ ਛੱਡ ਕੇ ਆਵਾਂਗੇ ਜੇ ਚੱਲਿਆ ਤੇ ਜੇ ਉਧਰ ਨਾ ਪਹੁੰਚੀਏ ਵਾਪਸ ਹੀ ਟਾਈਮ ਸਿਟੀ ਬੱਸ 'ਚ ਆਵਾਂਗੇ ਮੈਟਰੋ ਵਾਲੀ ਕਿਉਂਕਿ ਅੱਜ ਤੱਕ ਹੀ ਬੈਠੇ ਨਹੀਂ ਆ ਪਹੁੰਚ ਜੂਗਾ ਉਸ ਤੱਕ ਲੱਗਦਾ 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 ਪਹੁੰਚ ਜੂਗਾ ਨਾਕਾ ਬੜਾ ਤਕੜਾ ਲੱਗਾ ਸੀ ਪਿੱਛੇ ਜੇਬ ਚ ਚਾਬੀ ਪਾਈ ਸੀ ਜਿਪ ਨਹੀਂ ਬੰਦ ਕੀਤੀ ਡਨ ਭਾਜੀ ਹੁਣ ਸੇਫ ਆ ਉਹ ਜੇਬ ਚ ਪਾਈ ਸੀ ਬ੍ਰੇਕਾਂ ਨਹੀਂ ਆਈਆਂ ਸਾਹਿਲ ਭਾਜੀ ਕਹਿ ਦੇ ਕੋਈ ਕੰਮ ਕੁੰਮ ਹੈਗਾ ਤੇ ਕੱਢ ਹੁੰਦੇ ਆ ਸੋਰਾ ਤੇਲ ਪਾਇਆ ਵਾ ਖੰਜੂਸ ਮੇਰੇ ਖੰਜੂਸ ਨੀ ਯਾਰ ਹੁਣ ਤੇਲ ਪਾਇਆ ਵਾ ਕੱਢ ਕੁੱਟ ਲੈਣਾ ਲੁੱਕ ਖਰਾਬ ਹੋਈ ਤੇ ਕੱਪੜੇ ਚੇਂਜ ਕਰਾਉਣ ਵਾਲੇ ਆ ਬਸ ਬਾਕੀ ਓਕੇ ਆ ਪਿਕਅਪ ਵੀ ਵਧੀਆ ਵਾ ਪਟਾਕਾ ਨੀ ਮਾਰਦਾ ਬਰੇਕ ਇਹਦੀ ਸੱਚੀ ਬੜੀ ਘੱਟ ਜੇ ਬੜੀ ਮੁਸ਼ਕਲ ਲੱਗਣ ਦੀ ਪਰ ਗੇੜੀਆਂ ਮਾਰਨ ਦਾ ਮਜ਼ਾ ਬੜਾ ਆਉਂਦਾ ਹੁਣ ਅਸੀਂ ਐਂ ਜੀ ਸ਼ਹੀਦ ਸਾਹਿਬ ਲੱਗ ਗਏ ਆਹ ਖੜਾ ਵਾ ਆਪਾਂ ਦੇ ਮਾਮਾ ਜੀ ਦਾ ਖੜਾ ਵਾ ਦੂਰ ਦੀ ਰਿਸ਼ਤੇਦਾਰੀ ਆ ਵੀ ਖੜਾ ਖੇਡਿਆ ਵਾ ਹਾਂ ਚਲੋ ਆਓ ਫਿਰ ਨਹੀਂ ਹੁੰਦੀ ਉਹ ਨਿੱਕੇ ਜਿਹੇ ਮੁੰਡੇ ਨਾਲ ਤੁਹਾਡੀ ਕੁਸ਼ਤੀ ਕਰਾਈਏ ਲੰਗੋੜ ਬੰਨਾ ਪੈਂਦਾ ਅੱਛਾ ਅੰਦਰ ਨਹੀਂ ਵੜਨਾ ਆ ਹੁਣ ਤੇ ਸੁਆਗਤ ਫਿਰ ਰਿਹਾ ਜੀ ਕੁਸ਼ਤੀ ਹੋ ਗਈ ਆ ਕਿਸੇ ਦਿਨ ਆਪਾਂ ਦੋਵੇਂ ਹੁੰਦੇ ਭਾਜੀ ਕੋਲ ਕਰਦੇ ਆ ਮੈਂ ਇੱਥੇ ਫਿਰ ਉੱਥੇ ਠੰਡਾ ਪਾਣੀ ਆ ਉੱਥੇ ਬੰਦਾ ਨਹਾਉਂਦਾ ਵਧੀਆ ਅੱਛਾ ਉਧਰ ਹੀ ਸੇੜ ਉੱਥੇ ਇੱਥੇ ਸਾਨੂੰ ਬਾਹਰ ਸਾਡੇ ਸਬਸਕ੍ਰਾਈਬਰ ਮਿਲੇ ਉਹ ਕਹਿੰਦੇ ਖਾੜੇ ਚੱਲਦੇ ਮੈਂ ਕਿਹਾ ਚਲੋ ਵੇਖ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਇੱਧਰ ਸ਼ਰਧਾ ਜੀ ਬਣ ਗਈ ਜੀ ਆ ਦੇਖੋ ਚਲ ਮੈਂ ਲਾਸਟ ਟਾਈਮ ਸ਼ਰਦਾਈ ਪੀਤੀ ਸੀ ਲੋਕਡਾਊਨ 'ਚ ਬਣਾਈ ਆਪਾਂ ਭਾਅ ਜੀ ਆਹੋ ਪੰਜ ਛੇ ਜਾਣੇ ਸੀ ਆਪਾਂ ਉਹ ਮਜ਼ਾ ਆ ਜਾਂਦਾ ਯਾਰ ਇਹ ਤਾਂ ਬਸ ਗੇੜੀਆਂ ਮਾਰ ਰਹੀ ਸੀ ਜੀਤ ਨਗਰ ਅਤੇ ਇੱਧਰ ਨੂੰ ਆ ਗਏ ਮੈਂ ਚਲੋ ਖੜਾ ਵੇਖ ਕੇ ਉਹਨੇ ਮੈਂ ਕਦੀ ਆਇਆ ਨਹੀਂ ਯਾਰ ਇੱਥੇ ਸਾਹਿਲ ਭਾਅ ਜੀ 'ਤੇ ਆ ਕੇ ਕੁਸ਼ਤੀ ਕਸ਼ਤੀ ਖੇਡਦੇ ਰਹੇ ਤਿੰਨ ਚਾਰ ਪੰਜ ਸਾਲ ਪਹਿਲੇ ਬਾਟਾ ਵੇਖੋ ਯਾਰ ਕਿੰਨਾ ਵੱਡਾ ਵਾ ਪਰ ਮਜ਼ਾ ਆ ਗਿਆ ਮਿੱਠਾ ਥੋੜਾ ਘੱਟ ਆ ਪਰ ਬਹੁਤ ਘੈਂਟ ਆ ਯਾਰ ਓਏ ਹੋਏ ਨਜ਼ਾਰਾ ਮਜ਼ੇਦਾਰ ਪੈਟਰੋਲ ਫੇਰ ਨਹੀਂ ਮੁੱਕਣ ਦੇ ਇੱਕ ਲੀਟਰ ਪੈਟਰੋਲ ਪਾਇਆ ਵਾ ਮੁੱਕਣੇ ਆ ਗਿਆ ਖਤਮ ਕਰਕੇ ਫਿਰ ਹੀ ਬੁਲਟ ਦਈਏ ਸਹੀ ਹੋਣ ਵਾਸਤੇ ਕਿਉਂਕਿ ਇੱਕ ਮਹੀਨਾ ਲੱਗ ਜਾਣਾ ਵਾ ਅਤੇ ਬਸ ਗਲੀਆਂ 'ਚ ਘੁੰਮੀ ਜਾਂਦੇ ਹਾਂ ਹੁਣ ਚੱਲੇ ਹਾਂ ਆਪਾਂ ਬੁਲਟ ਦੇਣ ਵਾਸਤੇ ਤੁਹਾਨੂੰ ਬੱਸ ਲੈਣ ਲਈ ਉੱਧਰ ਜਾਣਾ ਪੈਣਾ ਉੱਥੇ ਸਟੇਸ਼ਨ ਬਣਿਆ ਹੋਇਆ ਬੱਸ ਦਾ ਇਹ 100 ਫੁੱਟੀ ਵਾਲਾ ਸਟੇਸ਼ਨ ਆ ਫਲਾਈਓਵਰ ਦੇ ਨਾਲ ਹੀ ਆ ਬਿਲਕੁਲ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਪੈਣਾ ਜੇ ਆਟੋ 'ਤੇ ਜਾਂਦੇ ਹਾਂ ਪੌੜੀ ਚੜ੍ਹ ਕੇ ਭਾਈ ਉੱਪਰ ਜਾਣਾ ਪੈਣਾ ਆਪਣਾ ਨਹੀਂ ਭਾਈ ਥੱਲੇ ਮਿਲ ਜਾਣੀ ਬੱਸ ਨਹੀਂ ਮਿਲਦੀ ਭਾਅ ਜੀ ਟੋਕਨ ਇੱਕੋ ਚੱਲੂਗਾ ਦੋ ਚੱਲਣਗੇ ਦਿੱਲੀ ਮੈਟਰੋ 'ਚ ਆ ਗਏ ਪੰਜ ਰੁਪਏ ਟਿਕਟ ਦਿੱਲੀ ਵਾਲੀ ਦਿੱਲੀ ਲੈ ਰਹੀ ਇੱਥੇ ਲਾਉਣਾ
ਤੁਸੀਂ ਮੰਨੋਗੇ ਨੀ ਅੰਮ੍ਰਿਤਸਰ ਤੇ ਰਹਿ ਕੇ ਕਦੀ ਅੱਜ ਤੱਕ ਅਸੀਂ ਬੱਸ 'ਚ ਨਹੀਂ ਬੈਠੇ ਅੱਜ ਬੈਠਦੇ ਹਾਂ ਐਕਸਪੀਰੀਅੰਸ ਕਰਦੇ ਕਿੱਦਾਂ ਰਹਿੰਦਾ ਸੱਜਾ ਪੈਰ ਅੱਗੇ ਰੱਖਣਾ ਭਾਈ ਕਹਿੰਦੇ ਸ਼ੁਭ ਕਰ ਸੱਜਾ ਪੈਰ ਪਹਿਲਾਂ ਰੱਖਿਓ ਯਾਰ ਫਲੈਸ਼ ਜਗੀ ਹੁੰਦੀ ਹੈ ਨਾ ਅੱਗੇ ਕੁਛ ਵੇਖਦਾ ਨਹੀਂ ਹੁਣ ਇੱਥੇ ਬੈਠ ਕੇ ਵੇਟ ਕਰਦੇ ਹਾਂ ਮੰਨੋਗੇ ਸਪੈਸ਼ਲ ਅਸੀਂ ਗੱਡੀ ਤਾਂ ਕਰਕੇ ਲੈ ਕੇ ਆਏ ਹਾਂ ਇਹਨਾਂ ਸੋਚਿਆ ਕਿ ਪੈਟਰੋਲ ਬਚਾਉਣ ਲਈ ਗੱਡੀ ਉੱਥੇ ਲੈ ਕੇ ਆਏ ਹਾਂ ਅੱਜ ਅਸੀਂ ਬੱਸ 'ਚ ਸਫ਼ਰ ਕਰਨਾ ਸੀ ਬੁਲਟ ਦੇਵਾਂਗੇ ਆਪਾਂ ਸ਼ੋਪ 'ਤੇ ਸਹੀ ਹੋਣ ਵਾਸਤੇ ਅਤੇ ਫਿਰ ਬੱਸ 'ਚ ਸਫ਼ਰ ਕਰਾਂਗੇ ਅੱਜ ₹5 ਦਾ ਟੋਕਨ ਆ ਸਿਰਫ ₹5 ਲੱਗਦੇ ਆ ਸੋਫਟ ਰੋਡ ਤੋਂ ਗੋਲਡਨ ਗੇਟ ਤੱਕ ਜਾਣ ਦੇ ਪਰ 20 ਮਿੰਟ ਹੋ ਗਏ ਹਾਲੇ ਤੱਕ ਬੱਸ ਨਹੀਂ ਆਈ ਹੈ ਭਾਈ ਇੱਧਰ ਇੱਧਰ ਸਵਾਰੀਆਂ ਇੱਧਰ ਖਲੋਤੀਆਂ ਨੇ ਪਹਿਲੀ ਵਾਰ ਬੈਠੇ ਆ ਵਧੀਆ ਹੋ ਜਾਣਾ ਦੇਖੋ ਏਸੀ ਚੱਲਦਾ ਤੇ ਦੁਪਹਿਰੇ ਉੱਥੇ ਰਿਪੋਰਟ ਕਰ ਕਿੰਨੀ ਦੇਰ ਹੋ ਗਈ ਸਫ਼ਰ ਕਰਦੇ ਰਣਜੀਤ ਐਵਨਿਊ ਤੋਂ ਗੋਲਡਨ ਗੇਟ ਜਾਓਗੇ ਨਿਊ ਅੰਮ੍ਰਿਤਸਰ ਬਸ ਚੱਲੀਏ ਛੇਤੀ ਛੇਤੀ ਗੱਡੀ ਚੱਕੀਏ ਘਰ ਜਾਈਏ ਸ਼ੇਕਰ ਚੁੱਕੀਏ ਅਤੇ ਫਿਰ ਜਿੰਮ ਚੱਲੀਏ ਚਲੋ ਜੀ ਭਾਈ ਭੱਜੀ ਗੱਲ ਇਸ ਵਲੋਗ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਹੋਪ ਕਰਦੇ ਹਾਂ ਕਿ ਤੁਹਾਨੂੰ ਵਲੋਗ ਵਧੀਆ ਲੱਗਾ ਹੋ ਜੇ ਵਧੀਆ ਲੱਗਾ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਅਤੇ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਰੱਬ ਰੱਖਾ ਬਸ ਚੰਡੇ ਨੂੰ ਥੋੜ੍ਹਾ ਚੀਟ ਕਹਿਣਾ ਸੀ ਚੰਡੇ